ਤੋਂ ਮੈਂ ਨਾਲ ਹੀ ਵੇਟ ਕਰ ਇਸ 2 ਮਿੰਟ ਤੋਂ ਭੱਜ ਗਈ। ਹੈਲੋ ਆਪ ਭਾਗ ਰਹੇ ਹੋ ਹਮੇ ਬਿਨਾਂ ਦੇਖੇ ਹੀ, ਤੁਹਾਨੂੰ ਮੈਨੂੰ ਲੱਗਦਾ ਹੋਰ ਟੇਢੇ ਹੋ ਗਏ ਆ ਤੁਸੀਂ। ਬੈਠ ਗਿਆ ਨਾ ਸਰ, ਆਹ ਚਾਲ ਆ ਇਸ ਬੰਦੇ ਦੀ, ਦੇਖੀ ਤਾਂ ਕਹਿੰਦਾ ਪਿਆ ਵੀ ਮੈਂ ਠੀਕ ਹਾਂ ਬਿਲਕੁਲ। ਅੱਛਾ ਬਾਹਰ ਜਾਣ ਦੀ ਜ਼ਿਆਦਾ ਕਾਹਲੀ ਪਈ ਹੈ ਕਿ ਮੈਨੂੰ ਮਿਲਣ ਦੀ? ਬਸ ਭੁੱਲ ਗਈ ਮੈਨੂੰ, ਚਲੋ ਬਾਹਰ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਤੇ ਵੈਲਕਮ ਟੂ ਆਰ ਨਿਊ ਵਲੌਗ। ਅਤੇ ਬਈ ਬਹੁਤ ਔਖਾ ਹੋ ਗਿਆ, ਬਹੁਤ ਸਕੈਡਿਊਲ ਟਾਈਟ ਹੋ ਗਿਆ ਆ, ਹੁਣ ਹੋ ਗਿਆ 6:30 ਅਤੇ ਮੈਂ ਬਸ ਰੋਟੀ ਬਣਾ ਰਹੀ ਹਾਂ ਆਪਣੇ ਲਈ, ਤਿਆਰ ਹੋ ਰਹੀ ਹਾਂ। ਮੈਂ ਰਾਤੀ ਪਤਾ ਕਿੰਨੇ ਵਜੇ ਕੱਪੜੇ ਧੋਤੇ ਆ ਇਹ ਰਾਤੀ ਮੈਂ 11:30 ਵਜੇ ਕੱਪੜੇ ਧੋਤੇ ਆ, ਕਿਉਂਕਿ ਮੈਂ ਇੰਨੀ ਬਿਜ਼ੀ ਸੀਗੀ ਕੱਲ੍ਹ। ਰੋਟੀ ਪੈਕ ਕਰ ਰਹੀ ਹਾਂ, ਮੈਂ ਰਾਤੀ ਕਰੇਲੇ ਬਣਾ ਲਏ ਸੀਗੇ ਅਤੇ ਰੋਟੀ ਪੈਕ ਕਰ ਲਈ ਆ, ਬਸ ਰੋਟੀ ਬਣਾ ਰਹੀ ਹਾਂ ਅਤੇ ਬਸ ਕੁਛ ਨਹੀਂ ਆ ਯਾਰ। ਕਦੋਂ ਹਨਾ ਸ਼ੁਰੂ ਹੋ ਰਿਹਾ ਦਿਨ, ਕਿਹੜੇ ਵੇਲੇ ਖਤਮ ਹੋ ਰਿਹਾ, ਨਾ ਵਲੋਗਿੰਗ ਵੀ ਨਹੀਂ ਹੋ ਰਹੀ। ਮੇਨ ਰੀਜ਼ਨ ਇਸ ਚੀਜ਼ ਦਾ ਇਹ ਆ ਕਿ ਸਾਡੀ ਡਿਊਟੀ ਨਾ ਇਕੱਠਿਆਂ ਦੀ ਨਹੀਂ ਹੈਗੀ, ਮੇਰੀ ਮੋਰਨਿੰਗ ਆ ਇਹਨਾਂ ਦੀ ਨਾਈਟ ਆ, ਉਹਦੇ ਕਰਕੇ ਹੁਣ ਸਮਝ ਨਹੀਂ ਆ ਰਿਹਾ ਵੀ ਆਪਾਂ ਕਿੱਦਾਂ ਹਨਾ ਸਟਾਰਟਅਪ ਕਰੀਏ ਵਲੋਗਿੰਗ ਦਾ ਜਾਂ ਕਿਵੇਂ ਕਰੀਏ ਸਾਰਾ ਕੁਛ। ਹਜੇ 2-3 ਦਿਨ ਲੱਗਣਗੇ ਸਾਰਾ ਕੁਛ ਸੈਟਿੰਗ ਹੋਣ ਲਈ। ਅਤੇ ਲੈ ਰਹੀ ਆ ਹਵਾ ਦਾ ਨਾ ਹੈ ਨਾ ਕੁੱਕ, ਆਹ ਮੈਂ ਪੁੱਤ ਦਿੱਤਾ, ਮੈਂ ਛੋਹਣਾ ਬੱਚਾ, ਆ ਜਾ ਮੇਰਾ ਛੋਹਣਾ ਬੱਚਾ, ਆ ਜਾ ਆ ਜਾ ਇੱਧਰ ਆ ਜਾ। ਕੰਨ ਤੇਰਾ ਹਮੇਸ਼ਾ ਪੁੱਠਾ ਹੀ ਰਹਿੰਦਾ ਆ, ਹੈ ਕਰ ਲਿਆ ਮੋਬਾਈਲ ਨਾਲ ਸਾਰਾ ਮੇਰਾ ਕੁੱਤ 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 ਤੇ ਕਿਵੇਂ ਦੇਖਦੀ ਆ ਸਾਈਡ ਅੱਖ ਤੋਂ। ਬਸ ਹੁਣ ਮਿਲਦੀ ਆ ਯਾਰ ਰੋਟੀ ਬਣਾ ਕੇ। ਸਾਡੇ ਆਫਿਸ ਦਾ ਵਿਊ ਪਰ ਇੰਨੀ ਹਿੰਮਤ ਹੈ ਨਹੀਂ ਗੀ ਵੀ ਹੁਣ ਆਪਾਂ ਬਾਹਰ ਜਾ ਕੇ ਬੈਠੀਏ, ਕਿਉਂਕਿ ਇੰਨੀ ਗੰਦੀ ਗਰਮੀ ਆ ਨਾ, ਲੂ ਵਗ ਰਹੀ ਹੈ ਲੂ। ਮੇਰੇ ਪੁਰਾਣੇ ਮਿੱਤਰ, ਮੇਰਾ ਘਰ ਵਾਲਾ ਪਹੁੰਚਿਆ ਹੀ ਨਹੀਂਗਾ ਅੱਜ ਤੱਕ, ਅਤੇ ਮੈਨੂੰ ਹੁਣ ਛੁੱਟੀ ਹੋਈ ਆ ਅਤੇ ਮੈਂ ਵੇਟ ਕਰ ਰਹੀ ਹਾਂ ਕਿ ਮੈਂ ਮਿਲ ਕੇ ਜਾਵਾਂ ਅਤੇ ਮੈਂ ਦੇਖਾਂ ਪਿੱਠ ਦੇ ਕੀ ਸਮਾਚਾਰ ਆ। ਪਰ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਲੇਟ ਹੋ ਗਿਆ, ਪਤਾ ਨਹੀਂ ਕਦੋਂ ਆਉਣਾ ਯਾਰ, ਕਦੋਂ ਆਊਗਾ ਮੇਰਾ ਘਰ ਵਾਲਾ, ਮੇਰਾ ਪਤੀ। ਰੁੱਕ ਮੈਂ ਨਾਲ ਹੀ ਵੇਟ ਕਰ ਇਸ 2 ਮਿੰਟ ਤੋਂ ਭੱਜ ਗਈ। ਹੈਲੋ ਆਪ ਭਾਗ ਰਹੇ ਹੋ ਹਮੇ ਬਿਨਾਂ ਦੇਖੇ ਹੀ, ਤੁਹਾਨੂੰ ਮੈਨੂੰ ਲੱਗਦਾ ਹੋਰ ਟੇਢੇ ਹੋ ਗਏ ਆ ਤੁਸੀਂ। ਬੈਠ ਗਿਆ ਨਾ ਸਰ, ਆਹ ਚਾਲ ਆ ਇਸ ਬੰਦੇ ਦੀ, ਦੇਖੀ ਤਾਂ ਕਹਿੰਦਾ ਪਿਆ ਵੀ ਮੈਂ ਠੀਕ ਹਾਂ ਬਿਲਕੁਲ। ਓਏ ਮੈਂ ਬੱਚਾ, ਹਾਂਜੀ ਮੈਂ ਮਾੜਾ ਸਮਾਨ ਰੱਖ ਲਵਾਂ, ਮੈਂ ਸਮਾਨ ਰੱਖ ਲਵਾਂ ਫਿਰ ਮਿਲਦੀ ਹਾਂ ਫਿਰ ਬੱਚੇ ਨੂੰ। ਆਏ ਮਿਆ ਗੁਜਰੂ, ਆਏ ਮਿਆ ਗੁਜਰੂ। ਅੱਛਾ ਬਾਹਰ ਜਾਣ ਦੀ ਜ਼ਿਆਦਾ ਕਾਹਲੀ ਪਈ ਹੈ ਕਿ ਮੈਨੂੰ ਮਿਲਣ ਦੀ? ਬਸ ਭੁੱਲ ਗਈ ਮੈਨੂੰ, ਚਲੋ ਬਾਹਰ, ਹੁਣ ਨਹੀਂ ਕੋਈ ਫਰਕ ਹੈਗਾ ਇਹਨੂੰ ਮੇਰਾ। ਨਹੀਂ ਉਹ ਗੁੱਜੂ ਪਿੱਛੇ ਕਲਰ ਹੈਗਾ ਅੱਜ ਕੱਲ੍ਹ, ਘੰਟੇ ਲਈ ਤਾਂ ਇਕੱਲੀ ਰਹੀ ਆ ਨੀ ਤੂੰ, ਘੰਟੇ ਲਈ ਤਾਂ ਇਕੱਲੀ ਰਹੀ ਆ ਤੂੰ ਬਸ। ਨਹੀਂ ਨਹੀਂ ਆਹ ਵਾਲੀ ਗੇਮ ਨਹੀਂ ਕੋਕੋ, ਹੱਥ 'ਚ ਹੱਥ ਨੂੰ ਮੂੰਹ 'ਚ ਪਾਉਣ ਵਾਲੀ ਗੇਮ ਨਹੀਂ ਖੇਡਣੀ ਯਾਰ ਆਪਾਂ।
ਨਹੀਂ ਮੂੰਹ 'ਚ ਨਹੀਂ ਪਾਉਣਾ ਹੱਥ। ਆ ਦੇ ਕੈਮਰਾ। ਮਤਲਬ ਹੀ ਹੈ ਇਹ, ਮਤਲਬ ਹੀ। ਪਰ ਜੇ ਮੈਨੂੰ ਕਿੱਥੇ ਦਿਖਾ ਤਾ ਫਿਰ ਇਹਨੇ ਟੱਪੂ ਟੱਪੂ ਲਾਉਣੀ ਆ, ਇਹਨੇ ਟੱਪੂ ਟੱਪੂ ਲਾਉਣੀ ਆ।